ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਅਹੁਦਾ ਫਿਰ ਤੋਂ ਗੋਬਿੰਦ ਸਿੰਘ ਲੌਂਗੋਵਾਲ ਨੂੰ ਸੌਂਪਿਆ ਗਿਆ ਹੈ ਅਤੇ ਪ੍ਰਧਾਨਗੀ ਤੋਂ ਇਲਾਵਾ ਹੋਰ ਵੀ ਕਈ ਅਹੁਦੇਦਾਰ ਥਾਪੇ ਗਏ ਨੇ ਪਰ ਲੁਧਿਆਣਾ ਤੋਂ ਬਲਵੰਤ ਸਿੰਘ ਬੈਂਸ ਨੇ ਸ਼੍ਰੋਮਣੀ ਕਮੇਟੀ ਦੇ ਫਿਰ ਤੋਂ ਪ੍ਰਧਾਨ ਬਣੇ ਗੋਬਿੰਦ ਸਿੰਘ ਲੌਂਗੋਵਾਲ ਦਾ ਵਿਰੋਧ ਕੀਤਾ। ਪਹਿਲਾਂ ਜ਼ਰੂਰੀ ਹੈ ਮੇਰੀ ਇਹ ਬਾਅਦ 'ਚ ਕਰਾਂਗੇ, ਬਾਅਦ 'ਚ ਤੁਸੀਂ ਇੱਥੇ ਰਹਿਣਾ, ਮੈਂ ਤਾਂ ਵਾਕਆਊਟ ਕਰਨ ਲੱਗਿਆ, ਤੁਸੀਂ ਇੱਥੇ ਰਹਿਣਾ। ਤੁਸੀਂ ਦੇਖ ਲਓ ਬਹਿਸ ਕਰਾਉਂਦੇ ਆ, ਬਹਿਸ ਤੋਂ ਕਿਉਂ ਭੱਜਦੇ ਆ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਰਿਆਂ ਤੋਂ ਪਹਿਲੀ ਡਿਊਟੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ ਅਤੇ ਦੂਸਰੀ ਡਿਊਟੀ ਸਿੱਖ ਕੌਮ ਦੀ ਨੌਜਵਾਨਾਂ ਦੀ ਪੈਰਵੀ ਕਰਨੀ। ਦੋ ਸਿੰਘਾਂ ਦੀ ਸ਼ਹਾਦਤ ਹੋਈ ਹੈ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁੱਖ ਅਤੇ ਅਫਸੋਸ ਹੈ ਕਿ ਉੱਥੇ ਭੁੱਖ ਹੜਤਾਲ 'ਤੇ ਬੈਠੇ ਸਿੰਘ, ਧਰਨਾ ਲੱਗਿਆ ਹੋਇਆ। ਕੁੱਲ ਕੌਮ ਅੱਜ ਇੱਕ ਫੈਸਲਾ ਚਾਹੁੰਦੀ ਹੈ ਪਰ ਦੁੱਖ ਅਤੇ ਅਫਸੋਸ ਹੈ ਕਿ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੂੰ ਇਹ ਗੱਲ ਕਹਿਣ ਲੱਗਿਆ, ਦੁੱਖ ਅਤੇ ਅਫਸੋਸ ਹੈ, ਮੂਕ ਦਰਸ਼ਕ ਬਣ ਕੇ ਸਾਡੇ ਮੈਂਬਰ ਅੰਦਰ ਬੈਠੇ ਹਨ, ਕੋਈ ਬੋਲਿਆ, ਕਿਸੇ ਨੇ ਕਿਹਾ ਵੀ ਮਤਾ ਲਿਆਓ ਬਹਿਸ ਕਰੀਏ। ਦੋ ਕਮਿਸ਼ਨਾਂ ਦੀ ਰਿਪੋਰਟ ਆ ਗਈ, ਦੋ ਕਮਿਸ਼ਨ ਇੱਕ ਬੰਦੇ ਨੂੰ ਇੱਕ ਪਰਿਵਾਰ ਨੂੰ ਬਚਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਕੌਮ ਨੂੰ ਦਾਅ 'ਤੇ ਲਾਇਆ ਜਾ ਰਿਹਾ ਜਿਹੜਾ ਕਦਾ ਚਿੱਤ ਪ੍ਰਵਾਨ ਨਹੀਂ, ਇਸ ਕਰਕੇ ਵਾਕਆਊਟ ਕਰਨ ਲੱਗਾ। ਅਸੀਂ ਚਾਹੁੰਦੇ ਹਾਂ ਜੀ ਦੋ ਕਮਿਸ਼ਨ ਬਣੇ, ਇੱਕ ਕਮਿਸ਼ਨ ਅਕਾਲੀ ਦਲ ਦੀ ਸਰਕਾਰ ਨੇ ਬਣਾਇਆ, ਦੂਜਾ ਕਮਿਸ਼ਨ ਉਸ ਕਮਿਸ਼ਨ ਨੂੰ ਨਾ ਮੰਨਦੇ ਹੋਏ, ਦੂਜਾ ਕਮਿਸ਼ਨ ਹੁਣ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਣਾਇਆ। ਦੋਨੇ ਕਮਿਸ਼ਨਾਂ ਦੀ ਰਿਪੋਰਟ ਬੋਲਦੀ ਹੈ, ਸਾਹਮਣੇ ਬੜੀ ਸਾਫ਼ ਅਤੇ ਸਪਸ਼ਟ ਹੈ। ਔਰ ਮੈਂ ਦੱਸਾਂ, ਅਸਲ 'ਚ ਗਵਾਹ ਬਦਲਾਉਣ ਦੀ ਪੁਰਾਣੀ ਰੀਤ ਹੈ, ਬਾਦਲ ਨੇ ਕੈਪਟਨ ਦੇ ਗਵਾਹ ਮੁਕਰਾ ਤੇ, ਕੈਪਟਨ ਨੇ ਬਾਦਲ ਦੇ ਗਵਾਹ ਮੁਕਰਾ ਤੇ, ਹੁਣ ਇੱਕ ਨਵੀਂ ਸਿੱਟ ਬਣਾ ਕੇ ਅਸਲ ਦੋਸ਼ੀਆਂ ਨੂੰ ਕਟਹਿਰੇ ਤੋਂ ਬਾਹਰ ਕਰਨ ਦਾ ਯਤਨ ਕੀਤਾ ਜਾ ਰਿਹਾ ਜਿਹੜਾ ਕਿ ਕੌਮ ਕਦੇ ਵੀ ਪ੍ਰਵਾਨ ਨਹੀਂ ਕਰੂਗੀ। ਮੌਕੇ ਦਾ ਗਵਾਹ ਮਨਤਾਰ ਸਿੰਘ ਬਰਾੜ ਬੋਲਦਾ, ਤੁਸੀਂ ਵੀ ਸੁਣਿਆ, ਮੈਂ ਵੀ ਸੁਣਿਆ, ਉਹ ਕਹਿੰਦਾ ਦਿਸ਼ਾ ਨਿਰਦੇਸ਼, ਕਹਿੰਦਾ ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਏ, ਰਾਤ ਨੂੰ ਟੈਲੀਫੋਨ 'ਤੇ ਗੱਲ ਹੋਈ ਤਾਂ ਸਖਤੀ ਹੋਈ, ਹੁਣ ਕੀ ਗਵਾਹ ਕੋਲੋਂ ਕੀ ਕਹਾਉਣਾ ਚਾਹੁੰਦੇ ਹੈ? ਅੱਜ ਬਹਿਸ ਕਰਾਉਣ ਨੂੰ ਵੀ ਤਿਆਰ ਨਹੀਂ, ਤਾਂ ਇਹਦਾ ਮਤਲਬ ਸਾਰਾ ਕੁਝ ਤੁਹਾਨੂੰ ਆਪ ਸਮਝ ਲੈਣਾ ਚਾਹੀਦਾ। ਕੌਮ ਸਮਝਦਾਰ, ਮੈਨੂੰ ਬਹੁਤਾ ਕੁਝ ਕਹਿਣ ਦੀ ਲੋੜ ਨਹੀਂ, ਪਰ ਇਹ ਫੈਸਲਾ ਜੋ ਇਹ ਸੋਚਦੇ ਆ ਉਹ ਫੈਸਲਾ ਕਦੇ ਵੀ ਕੌਮ ਪ੍ਰਵਾਨ ਨਹੀਂ ਕਰੂਗੀ।